ਰੰਗ ਪੰਜਾਬ ਦੇ YouTube ਚੈਨਲ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਧਰਮਾ ਹਰਿਆਉ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਸ ਤਰ੍ਹਾਂ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਕਿਸੇ ਨਾ ਕਿਸੇ ਕਲਾਕਾਰ ਖਿਡਾਰੀ ਦੇ ਦਰਸ਼ਨ ਕਰਵਾਉਨੇ ਆ ਰੂਪਰੂ ਕਰਵਾਉਨੇ ਆ ਉਸੇ ਤਹਿਤ ਅੱਜ ਅਸੀਂ ਗੱਲ ਕਰਾਂਗੇ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਖਮਾਣੋ ਜਿੱਥੋਂ ਦਾ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਹੋਇਆ ਕਰਨ ਸਿੰਘ ਤੇ ਜਿਨ੍ਹਾਂ ਨੂੰ ਕੋਈ ਗਰਾਊਂਡ ਦੇ ਵਿੱਚ ਕਰਨ ਖਮਾਣੂ ਦੇ ਨਾਮ ਨਾਲ ਜਾਣਦਾ ਸੀ ਤੇ ਕੋਈ ਡੰਕੇ ਖਮਾਣੂ ਦੇ ਨਾਮ ਨਾਲ ਜਾਣਦਾ ਸੀ ਆਓ ਫਿਰ ਅੱਜ ਆਪਾਂ ਕਰਨ ਖਮਾਨੋਜ ਦੇ ਨਾਲ ਕਰਦੇ ਹਾਂ ਗੱਲਬਾਤ ਕਰਨ ਭਾਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਹਰਮਾ ਜੀ ਤੇ ਸਾਰੇ YouTube ਦੇਖਣ ਵਾਲੇ ਦਰਸ਼ਕਾਂ ਨੂੰ ਮੇਰਾ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਕਰਨ ਭਾਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ ਅਤੇ ਪਰਿਵਾਰਕ ਪਿਛੋਕੜ ਬਾਰੇ ਦੱਸੋ ਜਨਮ ਭਾਜੀ ਮੇਰਾ 10 ਜੁਲਾਈ 1980 ਦਾ ਹੈ ਤੇ ਮੇਰੇ ਮੰਮੀ ਡੈਡੀ ਜੋ ਕੇ ਜਾਨੀ ਨੇਪਾਲ ਤੋਂ ਆਏ ਹੋਏ ਨੇ ਜੀ ਹਾਂ ਜੀ ਡੈਡੀ ਮੇਰੇ ਸਰਵਿਸ ਕਰਦੇ ਨੇ ਬਿਲੀ ਬੋਰਡ ਵਿੱਚ ਕਰਦੇ ਸੀ ਤੇ ਸਾਡਾ ਜਨਮ ਇੱਥੇ ਕਮਾਉਣ ਦੇ ਵਿੱਚ ਹੀ ਹੋਇਆ ਮੇਰੇ ਤੋਂ ਵੱਡੇ ਭਾਈ ਤੇ ਮੇਰੇ ਤੋਂ ਛੋਟੇ ਸਿਸਟਰ ਨੇ ਜੀ ਤੇ ਅਸੀਂ ਦੋ ਭਾਈ ਤੇ ਇੱਕ ਸਿਸਟਰ ਹੈ ਜੀ ਹਾਂ ਜੀ ਪਿਤਾ ਜੀ ਦਾ ਕੀ ਨਾਮ ਹੈ ਜੀ ਸ੍ਰੀ ਰਾਮ ਬਾਹਾਦਰ ਜੀ ਮਾਤਾ ਜੀ ਦਾ ਸੋਭਾ ਦੇਵੀ ਜੀ ਜੀ ਐ ਇਹ ਨਪਾਲ ਤੋਂ ਕਿੰਨਾ ਟਾਈਮ ਹੋ ਗਿਆ ਆਇਆ ਨੂੰ ਨਾ ਬੈਸਤਾ ਤੁਹਾਡੇ ਜਨਮ ਤੋਂ ਪਹਿਲਾਂ ਦੇ ਆਏ ਨੇ ਜਨਮ ਦੇਖ ਲਓ ਜੀ ਹੋਵੇ ਹੋਣਗੇ ਜੀ ਕੱਟਵਾ 35 40 ਸਾਲ ਤਾਂ ਜੀ ਜੀ ਐ ਤੇ ਕਰਨਪਾ ਜੀ ਇੱਕ ਵੱਡੀ ਵਾਲੇ ਪਾਸੇ ਆਉਣ ਦਾ ਤੁਹਾਡਾ ਰਜ਼ਾਨ ਹੈ ਜਿਹੜਾ ਉਹ ਕਿਵੇਂ ਹੋਇਆ ਸਾਡੇ ਪਿੰਡ ਦੀ ਟੀਮ ਸੀ ਖਮਾਣੋ ਦੀ ਜੋ ਸਭ ਤੋਂ ਸੀਨੀਅਰ ਪਲੇਅਰ ਖੇਡਦੇ ਹੁੰਦੇ ਸੀ ਸਾਡੇ ਲੱਗੇ ਹੀ ਟੂਰਨਾਮੈਂਟ ਹੁੰਦਾ ਸੀ ਕਰਦੇ ਤੇ ਉੱਥੇ ਉਹ ਪ੍ਰੈਕਟਿਸ ਕਰਦੇ ਹੁੰਦੇ ਸੀ ਤੇ ਮੈਂ ਛੋਟਾ ਹੁੰਦਾ ਉੱਥੇ ਜਾਂਦਾ ਸੀ ਤੇ ਉਹਨਾਂ ਨੂੰ ਦੇਖ ਕੇ ਹੀ ਮੈਂ ਫਿਰ ਕਬੱਡੀ ਨਾਲ ਵੱਲ ਰੁਝਾਨ ਪਿਆ ਇਧਰ ਜੀ ਤੇ ਫਿਰ ਕਿਹੜੇ ਵਜਨ ਤੋਂ ਸ਼ੁਰੂ ਕੀਤੀ ਸੀ ਕਬੱਡੀ ਮੈਂ 28 ਕਿਲੋ ਤੋਂ ਸ਼ੁਰੂ ਕੀਤੀ ਸੀ ਖੇਡਣੀ ਜੀ ਹਾਂਜੀ ਆਪਣੇ ਪਿੰਡ ਦੀ ਟੀਮ ਵੱਲ ਹਾਂਜੀ ਪਿੰਡ ਵੱਲੋਂ ਜੀ ਮੈਂ ਪਹਿਲਾਂ ਟੂਰਨਾਮੈਂਟੇ ਪਿੰਡ ਖੇਡਿਆ ਸੀ 28 ਕਿਲੋ ਦਾ ਤੇ ਉੱਥੋਂ ਹੀ ਮੇਂ ਸਟਾਰਟਿੰਗ ਹੋਈ ਮੇਰੇ ਉਸਤਾਦ ਜੀ ਸੁੱਖਾ ਜੁਐਸਏ ਨੇ ਜੀ ਉਹ ਉਹ ਮੇਰੇ ਯਾਨੀ ਕਿ ਉਹਨਾਂ ਨੇ ਮੈਨੂੰ ਇਸ ਲੈਂਡ ਦੇ ਵਿੱਚ ਕਬੱਡੀ ਦੇ ਵਿੱਚ ਉਹਨਾਂ ਜਦੋਂ ਮੈਨੂੰ ਖੇਡਦੇ ਦੇਖਿਆ ਛੋਟੇ ਹੁੰਦੇ ਨੂੰ ਤਾਂ ਉਹਨਾਂ ਨੇ ਦੇਖਿਆ ਵੀ ਮੁੰਡਾ ਕੁਝ ਹੈ ਗੱਲਬਾਜ਼ ਇਸ ਵਿੱਚ ਤੇ ਉਹਨਾਂ ਨੇ ਫਿਰ ਮੇਰੀ ਯਾਨੀ ਕਿ ਰੈਗਦੂ ਨੇ ਮੈਨੂੰ ਕਿਹਾ ਵੀ ਤੂੰ ਆਣਾ ਜਾਣਾ ਕਰ ਉਹ ਇੱਥੇ ਤੇ ਮਿਹਨਤ ਕਰਨ ਦੇ ਤੇ ਉਹਨਾਂ ਨੇ ਮੈਨੂੰ ਬਹੁਤ ਮਿਹਨਤ ਕਰਾਈ ਉਸ ਟਾਈਮ ਜੀ ਤੇ ਉਦੋਂ ਬਾਅਦ ਫਿਰ ਕਬੱਡੀ ਵਿੱਚ ਫਿਰ ਜੀ ਮੈਚ ਖੇਡੇ ਸ਼ੁਰੂ ਕਰ ਦਿੱਤੇ ਫਿਰ ਮੜਾ ਕੇ ਪਿੰਡ ਦੀ ਜੀ ਤੇ 28 ਕਿਲੋ ਤੋਂ ਬਾਅਦ ਹੋਰ ਕਿਹੜੇ ਕਿਹੜੇ ਵਜ਼ਨ ਕੀਤੇ 28 ਕਿਲੋ 32 ਕਿਲੋ 37 ਤੇ 42 ਕਿਲੋ ਜੀ ਇਸ ਤੋਂ ਬਾਅਦ ਫਿਰ ਮੈਂ ਨੈਸਟਲ ਖੇਡਣੀ ਸ਼ੁਰੂ ਕੀਤੀ ਸਰਕਲ ਸਟਾਈਲ ਦੇ ਐਕਚੁਅਲੀ ਉਸ ਟਾਈਮ ਮੈਚ ਘਟ ਗਈ ਸੀ ਸਾਡੇ ਹੁਣੇ ਕਿਉਂਕਿ ਉਸ ਦੌਰ ਕੋਈ ਸੇਕਾ ਚੱਲ ਰਿਹਾ ਸੀ ਸਭ ਦਾ ਤੇ ਟੂਰਨਾਮੈਂਟ ਬੰਦ ਹੋ ਗਈ ਸੀ ਜੀ ਤੇ ਉਸ ਤੋਂ ਬਾਅਦ ਫਿਰ ਸਕੂਲਾਂ ਵਿੱਚ ਨੈਸਟਲ ਖੇਡਣੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਫਿਰ ਅੱਗੇ ਜਾ ਕੇ ਮੈਂ ਪਲਸ 1 ਦੇ ਵਿੱਚ ਜਲੰਧਰ ਟ੍ਰਾਇਲ ਦਿੱਤੇ ਸੀ ਸਪੋਰਟਸ ਸਕੂਲ ਦੇ ਵਿੱਚ ਤੇ ਉੱਥੇ ਮੇਰੀ ਸਿਲੈਕਸ਼ਨ ਹੋਈ ਨੈਸ਼ਨਲ ਦੇ ਵਿੱਚ ਤੇ ਉੱਥੇ ਕੋਚ ਸਾਡੇ ਸਰਦੂਰ ਸਿੰਘ ਰਧਾਵਾ ਜੀ ਜੀ ਤੇ ਪਰਮਜੀਤ ਪੰਮੀ ਜੀ ਇਹਨਾਂ ਨੇ ਇਹਨਾਂ ਨੇ ਮੈਨੂੰ ਕਬੱਡੀ ਦੇ ਨੈਸ਼ਨਲ ਬਾਰੇ ਬਰੀਕੀ ਦੱਸੀਆ ਤੇ ਪੈਨੈਸ਼ਲ ਖੇਡੀ ਪਰ ਨੈਸ਼ਨਲ ਤਾਂ ਆਇਆ ਸੀ ਭਾਜੀ ਉਦੋਂ ਵੀ ਸਕੂਲਾਂ ਦੇ ਕਾਲ ਦੇ ਵਿੱਚ ਪੁੱਛੀ ਜਾਂਦੀ ਸੀ ਇਹ ਹਾਂਜੀ ਆਪਣੇ ਪੰਜਾਬ ਦੇ ਵਿੱਚ ਜਦ ਕੇ ਸਰਕਸ ਸਟਾਈਲ ਦੇ ਮੈਚ ਬਹੁਤ ਹੋਣ ਲੱਗ ਗਏ ਉਸ ਦੁਆਬੇ ਦੇ ਵਿੱਚ ਤੇ ਉਹਨਾਂ ਦੇਖ ਕੇ ਮਨੁਰਜਾਨ ਫਿਰ ਇੱਧਰ ਸਰਕਸ ਸਟਾਈਲ ਵੱਲ ਆਇਆ ਜੀ ਫਿਰ ਸਰਕਲ ਸਟਾਈਲ ਵੱਲ ਫਿਰ ਕਦੋਂ ਆਏ ਤੇ ਓਪਨ ਦੇ ਵਿੱਚ ਤੇ ਤੇ ਕਿਹੜੇ ਪਾਸੋਂ ਕਿਹੜੀ ਟੀਮ ਵੱਲੋਂ ਖੇਡਣੀ ਸ਼ੁਰੂ ਕੀਤੀ ਇਹ ਪਲੱਸ 1 ਦੇ ਵਿੱਚ ਸਪੋਰਟ ਸਕੂਲ ਦਾ ਬਿੰਗ ਉਸ ਤੋਂ ਬਾਅਦ ਉਹਨਾਂ ਨੇ ਬੰਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਮੈਂ ਫਿਰ ਇੱਧਰ ਖਮਾਣੋ ਆ ਕੇ ਪਿੰਡ ਆਪਣੇ ਮਨੇਲੀ ਤਨੋਲਾ ਸਕੂਲ ਦੇ ਵਿੱਚ ਐਡਮਿਸ਼ਨ ਲਈਤੀ ਹੂੰ ਤੇ ਉਸ ਤੇ ਤਨੋਲੇ ਟੀਮ ਦੀ ਕਬੱਡੀ ਟੀਮ ਹੁੰਦੀ ਪਾਜੀ ਜੀ ਸੀਨੀਅਰ ਪਲੇਅਰ ਸਾਡੇ ਜਗਤਾ ਤਨੋਲਾ ਜੀ ਉਹਨਾਂ ਦੇ ਬ੍ਰਦਰ ਅਪਤਾਰ ਤਨੋਲਾ ਲਖੀਤ ਤਨੋਲਾ ਵਿੱਕੀ ਤਨੋਲਾ ਇਹਨਾਂ ਦੇ ਪਿੰਡ ਦੀ ਟੀਮ ਹੁੰਦੀ ਸੀ ਜੀ ਤੇ ਇਹਨਾਂ ਨਾਲ ਫਿਰ ਮੈਂ ਨਾਲ ਸਰਕਸ ਸਟਾਈਲ ਦੇ ਮੈਚ ਵੀ ਖੇਡਣਾ ਸ਼ੁਰੂ ਕੀਤਾ ਜੀ ਤੇ ਉਦੋਂ ਬਾਅਦ ਹੌਲੀ-ਹੌਲੀ ਫੇਰ ਜਦੋਂ ਖੇਡੇ ਤਾਂ ਬੀਏ ਦੇ ਵਿੱਚ ਮੈਂ ਫਿਰ ਮਾਦ ਦਾ ਕਾਲਜ ਵਿੱਚ ਸਮਰਾਲਾ ਬੌਂਦਲੀ ਵਿੱਚ ਐਡਮਿਸ਼ਨ ਲਿੱਤੀ ਤੇ ਉੱਥੇ ਸਾਡੇ ਕੋਚ ਪਹਿਲਵਾਨ ਜੀ ਜੀ ਉਹਨਾਂ ਦੇ ਥੱਲੇ ਸੀ ਪ੍ਰੈਕਟਿਸ ਕਰੀ ਤੇ ਸਰਕਸ ਸਟਾਈਲ ਖੇਡੇ ਮੈਚ ਉਦੋਂ ਬਾਅਦ ਫਿਰ ਜਿਵੇਂ ਮੈਂ ਖੇਡੀ ਗਈ ਜੀ ਪਿੰਡਾਂ ਦੇ ਹੌਲੀ ਹੌਲੀ ਫਿਰ 2000 2000 ਦੇ ਵਿੱਚ ਸ਼ੇਰੇ ਪੰਜਾ ਅਕੈਡਮੀ ਜਲੰਧਰ ਡੀਏਵੀ ਕਾਲਜ ਵਿੱਚ ਟ్రायल ਹੋਇਆ ਜੀ ਤੇ ਉੱਥੇ ਮੈਂ ਟ్రायल ਦਿੱਤੇ ਉੱਥੇ ਉਹਨਾਂ ਦੇ ਵਿੱਚ ਦੇਖੋ ਜੀ ਘੱਟੋ-ਘੱਟ 800-1000 ਬੱਚਾ ਪਲੇ ਨਵਾਂ ਟ੍ਰਾਇਲ ਦੇਣ ਆਉਂਦਾ ਜੀ ਉੱਥੇ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਸਿਰਫ 10 ਕੇ ਮੁੰਡੇ ਰੱਖੇ ਸੀ ਜੀ ਤੇ ਉਹਨਾਂ ਵਿੱਚ ਮੇਰੀ ਸਿਲੈਕਸ਼ਨ ਹੋਈ ਤੇ ਫਿਰ ਮੈਂ ਉੱਥੇ ਬਤੌਰ ਪਰਮਜੀਤ ਕੋ ਸਾਡੇ ਪੰਮੀ ਜੀ ਸੰਦੂ ਦਾ ਫਿਰ ਸਰਕਸ ਸਟਾਈਲ ਦੇ ਬ੍ਰੀਕੇ ਦੱਸੇ ਜੀ ਉੱਥੇ ਸੀ ਜੀ ਫਿਰ ਸਰਕਲ ਵਾਲਾ ਹਾਂ ਜੀ ਫਿਰ ਸਰਕਲ ਦੀ ਪ੍ਰੋਪਰ ਜੀ ਸਰਕਲ ਵਿੱਚ ਆ ਗਏ ਜੀ ਫਿਰ ਕਿਹੜੇ-ਕਿਹੜੇ ਕਲੱਬਾਂ ਵੱਲੋਂ ਖੇਡੇ ਤੁਸੀਂ ਮੈਂ ਛੇਰੇ ਬਨੇ ਅਕੈਡਮੀ ਜਲੰਧਰ ਦੇਖੋ ਜੀ ਉਦੋਂ ਬਾਅਦ ਫਿਰ ਮੈਂ ਕਿੰਨਾ ਟਾਈਮ ਖੇਡਿਆ ਉਹਦੇ ਤੋਂ ਬਦੂ ਉਹਦੇ ਤੋਂ ਬਦੂ ਮੈਂ 5 ਸਾਲ ਖੇਡਿਆ ਜੀ ਜੀ ਹਾਂਜੀ 5 ਸਾਲ ਉੱਥੇ ਖੇਡਿਆ ਉਹ ਤੋਂ ਬਾਅਦ ਮੇਰੇ ਗੋਡੇ ਇੰਜਰੀ ਆ ਗਈ ਸੀ ਤੇ ਮੈਂ ਗੋਡੇ ਦਾ ਆਪਰੇਸ਼ਨ ਕਰਾਇਆ ਤੇ ਉਸ ਤੋਂ ਬਾਅਦ ਫਿਰ ਮੈਂ ਤਿਆਰੀ ਕਰੀ ਤੇ ਉਦੋਂ ਬਾਅਦ ਫਿਰ ਮੈਂ ਮਾਨੂਪੁਰ ਸਾਡੇ ਖਮਾਣੋ ਦੇ ਲਵੇ ਉੱਥੇ ਅਸੀਂ ਪ੍ਰੈਕਟਿਸ ਕੀਤੀ ਨਵੇਂ ਮੁੰਡੇ ਸਾਡੇ ਜਿਵੇਂ ਮਾਨੂਪੁਰ ਦੇ ਉੱਥੇ ਮਿਹਨਤ ਕਰੀ ਫਿਰ ਅਸੀਂ ਮਾਨੂਪੁਰ ਦੀ ਟੀਮ ਵੱਲੋਂ ਖੇਡੇ ਜੀ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਬਿਜਲੀ ਬੋਰਡ ਵਿੱਚ ਖੇਡਿਆ ਜੀ 2007 ਦੇ ਵਿੱਚ ਜੀ ਜੀ 7 ਦੇ ਬਾਅਦ ਦੋ ਬਿਜਲੀ ਬੋਰਡ ਵੱਲੋਂ ਖੇਡੇ ਜੀ ਫਿਰ ਮੈਂ ਬਾਹਰ ਦਾ ਮੇਰਾ ਚੱਕਰ ਵੀ ਲੱਗਿਆ ਜੀ ਕੈਨੇਡਾ ਦਾ ਜੀ ਹੂੰ 7 ਵਿੱਚ ਜੀ ਫਸਟ ਟਾਈਮ ਉਸ ਤੋਂ ਬਾਅਦ ਫਿਰ ਮੈਂ ਦਸਵੇਂ ਕਲੱਬ ਖਾਲਖ ਬੱਲੋ ਟੋਨੀ ਭਾਜੀ ਸਾਡੇ ਉਹਨਾਂ ਦੀ ਟੀਮ ਵਿੱਚ ਖੇਡਿਆ ਜੀ ਜੀ ਪੰਜਾਬ ਫੈਡਰੇਸ਼ਨ ਤੇ ਉਹਨਾਂ ਵਿੱਚ ਮੇਰੇ ਪਲੇਅਰ ਹੁੰਦੇ ਗੋਲਦੀ ਕੂਮਕਲਾ ਜੋਗੀ ਦੇਦਨਾ ਸੁਲਤਾਨ ਜੀ ਤੇ ਜੀ ਨਜਾਮਪੁਰੀਆ ਬਾਬਾ ਜਲਾਲਦੀਵਾਲ ਇਹ ਸਾਡੀ ਟੀਮ ਹੁੰਦੀ ਸੀ ਹਾਂਜੀ ਤੇ ਉਹ ਤੋਂ ਬਾਅਦ ਖੇਡਿਆ ਜੀ ਅਸੀਂ 2 ਸਾਲ ਖੇਡਿਆ ਜੀ ਖਾਲਖ ਬੱਲੋ ਜੀ ਫਿਰ ਉਸ ਤੋਂ ਬਾਅਦ ਮੈਂ ਸ੍ਰੀ ਦਰਬਜਨ ਸਿੰਘ ਕਬੱਡੀ ਅਕੈਡਮੀ ਦੜਬਾ ਬੱਦਲੂ ਖੇਡਿਆ ਜੀ ਗੁਰਮੇਲ ਪ੍ਰਧਾਨ ਜੀ ਆਪਣੇ ਜੀ ਜੋ ਕਿ ਸਾਡੇ ਕੋਚ ਹੁੰਦੇ ਸੀ ਤੇ ਉੱਥੇ ਖੇਡਿਆ ਮੈਚ ਮੈਂ 5 ਸਾਲ ਸੇ ਲਗਾਤਾਰ ਜੀ ਦੜਬੇ ਬੱਦਲੂ ਖੇਡਿਆ ਜੀ ਖੁਸ਼ੀ ਆਪਣੇ ਖੁਸ਼ੀ ਹੁਣ ਸਾਡੇ ਨਾਲ ਹੁੰਦੇ ਰਾਜ ਗਿੱਪਾ ਝੋਟ ਦੜਬਾ ਲੱਬੀ ਬੇਨੜਾ ਵੀ ਸਾਡੇ ਨਾਲ ਹੁੰਦਾ ਸੀ ਨਾਲ ਸਾਡੇ ਜਾਫੀ ਨਿੰਦੀ ਬੇਨੜਾ ਵਧੀਆ ਟੀਮ ਹੁੰਦੀ ਸਾਡੀ ਦੜਬੇ ਅਸੀਂ 5 ਸਾਲ ਵਧੀਆ ਖੇਡੇ ਹੀ ਉਦੋਂ ਜੀ ਉਸ ਤੋਂ ਬਾਅਦ ਫਿਰ ਮੈਂ ਸਹੀਦ ਹਨੂਮਾਨ ਕਲੱਬ ਮੁਹਾਲੀ ਦੇ ਵਿੱਚ 2014 ਵਿੱਚ ਖੇਡਿਆ ਜੀ ਉਦੋਂ ਵੀ ਸਾਡੀ ਵਧੀਆ ਟੀਮ ਬੁਗਾ ਮਨਾਣਾ ਲੱਭੀ ਬੇਨੜਾ ਸਤਬਿੰਦਰ ਮਨਾਣਾ ਜੀ ਇਹ ਸਾਡੇ ਪਲੇਅਰ ਹੁੰਦੇ ਸੀ ਵਧੀਆ ਟੀਮ ਹੁੰਦੀ ਸੀ ਜੀ ਇਹਨਾਂ ਬਿਲੋਂ ਖੇਡਿਆ ਉਸ ਤੋਂ ਬਾਅਦ ਫਿਰ ਮੇਰੇ ਭਾਜੀ ਗੋਟੇ 60 ਬੱਜੀ 2015 ਵਿੱਚ ਤੇ ਤੇ ਫੇਰ ਕਬੱਡੀ ਤੋਂ ਦੂਰ ਹੋ ਤੇ ਥੋੜਾ ਟਾਈ ਕਬੱਡੀ ਦੂਰ ਹੋ ਗਈ ਤੇ ਹੁਣ ਫੇਰ ਅੱਗੇ ਕੀ ਸਲਾਹ ਹੈ ਹੂੰ ਭਾਜੀ ਤਿਆਰੀ ਕਰ ਰਹੀ ਹੈ ਜੀ ਜੀ ਹੈਗੀ ਖੇਡਾਂਗੇ ਮਾਰਾ ਸੱਖ ਰੱਖੇ ਜੀ ਤਿਆਰੀ ਚੱਲ ਰਹੀ ਹੈ ਪੂਰੀ ਹੂੰ ਤੇ ਹੈਗੀ ਆਪਣੇ ਜੋ ਸਾਨੂੰ ਪਿਆਰ ਕਰਨ ਵਾਲੇ ਨੇ ਕਬੱਡੀ ਨੂੰ ਜੀ ਉਹਨਾਂ ਦੇ ਲਈ ਅਸੀਂ ਦੁਬਾਰਾ ਇੱਕ ਵਾਰ ਫੇਰ ਵਾਪਸੀ ਕਰਾਂਗੇ ਵਾਪਸੀ ਕਰਾਂਗੇ ਜੀ ਚਲੋ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਮੈਂ ਸੱਚੇ ਪਾਤਸ਼ਾਹ ਤੁਹਾਨੂੰ ਫੇਰ ਉਸੇ ਤਰ੍ਹਾਂ ਹੀ ਜਿਹੜੇ ਤੁਹਾਨੂੰ ਉਡੀਕਦੇ ਨੇ ਜਿਨ੍ਹਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਕਿ ਉਹਨਾਂ ਦੇ ਦੁਆਵਾਂ ਬਦੌਲਤ ਤੁਹਾਡੀ ਮਿਹਨਤ ਕਰਕੇ ਤੁਸੀਂ ਉਹਨਾਂ ਦੇ ਵਿਚਕਾਰ ਦੁਬਾਰੇ ਆਓ। ਐ ਕਰਨ ਪਾਜੀ ਜਿਸ ਤਰ੍ਹਾਂ ਤੁਸੀਂ ਐ ਕੈਨੇਡਾ ਦੇ ਵਿੱਚ 2007 ਦੇ ਵਿੱਚ ਖੇਡੇ ਹੋ। ਹਾਂਜੀ। ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਮੁਲਕਾਂ 'ਚ ਖੇਡੇ ਤੁਸੀਂ? ਮੈਂ ਜ਼ਿਆਦਾ ਮੈਂ ਪਾਜੀ 5 ਸਾਲ ਕੈਨੇਡਾ 'ਚ ਖੇਡਿਆ ਜੀ ਮੈਂ ਤੇ ਆਹ ਕਿਹੜੀਆਂ-ਕਿਹੜੀਆਂ ਟੀਮਾਂ ਸੀ ਕਿ ਬਲੋਂ ਖੇਡੇ ਤੁਸੀਂ? ਤੇ ਮੈਂ ਅਬ ਸਪੋਰਟ ਕਲੱਬ ਆਪਣੇ ਬੱਬਲ ਪਾਜੀ ਸਾਡੇ ਹੂੰ ਲੱਬੀ ਨਗਰ ਪਾਜੀ ਹੁੰਦਾ ਹੀ ਸਾਡੇ ਹੂੰ ਸੰਘਾ ਭਾਜੀ ਜੀ ਇਹਦਾ ਮੈਨੂੰ ਸੱਦਿਆ ਜੀ ਹਾਂਜੀ 2:07 ਦੇ ਵਿੱਚ ਤੇ ਮੈਂ 4 ਸਾਲ ਲਈ ਕਿ ਬੰਦ ਕੁਬਰੀ ਨਾਲ ਦੀ ਟੀਮ ਵੱਲੋਂ ਖੇਡਿਆ ਜੀ ਜੀ ਤੇ ਤੇ ਇਸ ਸਾਲ ਮੈਂ ਭਾਜੀ ਬਸਾਖੀ ਤੇ ਮਲੇਸ਼ੀਆ ਖੇਲ ਕੇ ਆ ਜੀ ਸ਼ਹੀਦ ਜਨਰਲ ਸਿੰਘ ਪਿੰਡਰਾਲੀ ਦੀ ਟੀਮ ਵੱਲੋਂ ਕਲੱਬ ਨੇ ਸਾਨੂੰ ਸਪਾਂਸਰ ਕੀਤਾ ਜੀ ਜੀ ਤੇ ਦੇਖੋ ਜੀ ਤਿਆਰੀ ਚੱਲ ਰਹੀ ਹੈ ਪੂਰੀ ਜੀ ਵਾਪਸੀ ਦੀ ਰਾਜੀ ਜੀ ਵਾਪਸੀ ਦੀ ਫਿਰ ਚੱਲੇਗੀ ਹਾਂਜੀ ਜੀ ਜਿਸ ਤਰ੍ਹਾਂ ਕਰਨਪਾ ਜੀ ਤੁਸੀਂ ਬੱਖੋ ਬੱਖ ਖਲਬਾ ਵੱਲੋਂ ਖੇਡੇ ਹੋ ਬੱਖੋ ਬੱਖ ਮੁਲਕਾਂ ਦੇ ਵਿੱਚ ਕਬੱਡੀ ਖੇਡੀ ਹੈ ਪਿੰਡ ਓਪਨ ਦੇ ਮੈਚ ਵੀ ਖੇਡੇ ਨੇ ਇਹ ਇਹਨਾਂ ਦੇ ਵਿੱਚੋਂ ਤੁਹਾਡੇ ਕੁਝ ਯਾਦਗਾਰੀ ਮੈਚ ਨੇ ਜਿਹੜੇ ਉਹ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਜੀ ਹਾਂਜੀ 2006 ਦੇ ਵਿੱਚ ਪਾਕਿਸਤਾਨੀ ਟੀਮ ਇੱਥੇ ਆਈ ਸੀ ਤੇ ਸਾਡਾ ਮੈਚ ਸੀ ਉਹਨਾਂ ਦਾ ਹਰਸਾਲੀ ਸਾਹਿਬ ਬਾਬਾ ਜੀ ਦੇ ਜੀ ਤੇ ਉੱਥੇ ਬਹੁਤ ਹੀ ਜਾਨੀ ਕੋ ਜਿੰਦਗੀ ਦਾ ਵਧੀਆ ਮੈਚ ਸੀ ਮੇਰਾ ਕਿਉਂਕਿ ਮੈਚ ਬਰਾਬਰ ਦੀ ਤੇ ਸੀ ਆਖਰ ਤੱਕ ਜੀ ਤੇ ਆਖਰੀ ਡੇਟ ਤੇ ਮੈਚ ਦਾ ਫੈਸਲਾ ਸੀ ਜੀ ਤੇ ਆਖਰੀ ਡੇਟ ਮੇਰੀ ਸੀ ਜੀ ਜਿੱਤਾਰਦਾ ਸੀ ਜਿੱਤਾਰਦਾ ਹਾਂ ਜੀ ਤੇ ਉਹ ਫਿਰ ਅਸੀਂ ਪੈਂਡ ਲਿੱਤਾ ਜੀ ਭਾਈ ਬਹੁਤ ਪੁਆਇੰਟ ਪ੍ਰੈਸ਼ਰ ਆਇਆ ਉਹ ਵੀ ਟਾਈਮ ਦਿਮਾਗ ਤੇ ਟੈਨਸ਼ਨ ਬਹੁਤ ਬਹੁਤ ਜ਼ਿਆਦਾ ਟੈਨਸ਼ਨ ਸੀ ਪਰ ਮਹਾਰਾਜ ਜੀ ਨੇ ਮੇਹ ਰੱਖੇ ਤੇ ਪੈਂਡ ਲਿਆਂਦਾ ਜੀ ਤੇ ਜਿੱਤ ਬਰਾਬਰ ਕੀਤੀ ਬਾਕੀ ਇੱਕ ਗੱਲ ਕਰਨ ਭਾਜੀ ਇਹ ਵੀ ਇੱਥੇ ਕਿ ਜਦੋਂ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਵੇ ਚਾਹੇ ਕਬੱਡੀ ਦਾ ਚਾਹੇ ਕ੍ਰਿਕਟ ਦਾ ਉਹ ਦੁਨੀਆ ਪਾ ਪਾ ਉਹਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਮੰਨਦੇ ਉੱਤੇ ਲੋਕਾਂ ਦੇਖਦੇ ਜੋ ਮੈਚ ਰੇਡ ਪਾ ਗਿਆ ਤਾਂ ਲੋਕ ਵਿੱਚ ਆ ਗਏ ਮਤਲਬ ਚੱਕੇ ਲੈ ਲੋਕਾਂ ਦੇ ਜੀ ਕਿੰਨੇ ਕਿੰਨੇ ਨੰਬਰਾਂ ਦਾ ਮੈਸੇਜ ਹੋ 90 ਘਟ ਘਟ ਭਾਜੀ 20 5 20 ਦੇ ਮੈਚ ਹੁੰਦਾ ਤੁਹਾਨੂੰ ਪਤਾ ਜਿਹੜੇ ਇੰਟਰਨੈਸ਼ਨਲ ਮੈਚ ਹੁੰਦੇ ਨੇ 20 5 20 ਦੇ ਚੱਲਦੇ ਨੇ ਜੀ ਹਾਂਜੀ ਠੀਕ ਇਧਰ ਦੀ ਕਿਹੜੀ ਖਿਡਾਰੀ ਸੀ ਤੁਹਾਡੇ ਨਾਲ ਇੰਡੀਆ ਦੀ ਟੀਮ ਵਿੱਚ ਇਧਰ ਸਾਡੇ ਨਾਲ ਸੀ ਜੋਗੀ ਦੇ ਨਾਲ ਰੇਡ ਸੀ ਮੇਰੇ ਨਾਲ ਬਾਬਾ ਭਜਨ ਗਾਜੀ ਗਡਾਣਾ ਜੀ ਚਾਰ ਕੇ ਰੀਡਰ ਸੀ ਅਸੀਂ ਜੀ ਆ ਜੇ ਤੇਜੀ ਨਜਾਮਪੂਰੀਆ ਜੀ ਯਾਫੀ ਕਿਹੜੀ ਤੁਹਾਡੇ ਯਾਫੀ ਸਾਡੇ ਗੋਰਾ ਬਿੰਦੂ ਸੰਦੇਤ ਸੀ ਗੋਰਾ ਕਿਹੜਾ ਜੀ ਗੋਲੇ ਵਾਲੇ ਗੋਰਾ ਜੀ ਅੱਛਾ ਹੀ ਗੋਰਾ ਗੋਲੇ ਵਾਲਾ ਹਾਂ ਜੀ ਹਾਂ ਜੀ ਬਹੁਤ ਬੜਾ ਯਾਫੀ ਸੀ ਉਸ ਟਾਈਮ ਜੋ ਤੇ ਬਹੁਤ ਹੀ ਇੰਟਰਸਟਿੰਗ ਮੈਚ ਸੀ ਜਿਆਦਾ ਤੇ ਇਸ ਤੋਂ ਇਲਾਵਾ ਕੋਈ ਹੋਰ ਮੈਚ ਸੀ ਇਸ ਤੋਂ ਇਲਾਵਾ ਜੀ ਮੈਚ ਮੇਰਾ ਲੱਗਿਆ ਜੀ ਸਾਡੇ ਕਾਲਜ ਦਾ ਮੈਚ ਸੀ ਤੇ ਨਵੇਂ ਕਰਕੇ ਫਸਟ ਟਾਈਮ ਜਾਨੀ ਮਨੂੰ ਮੌਕਾ ਮਿਲਿਆ ਜੀ ਉੱਥੇ ਜੀ ਲਿੱਡਾ ਪਾਉਣ ਦਾ ਜੀ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੇ ਨਵੇਂ ਕਰਕੇ ਜਿਵੇਂ ਇੱਕ ਫਰੈਸ਼ ਬੰਦੇ ਨੂੰ ਹੁੰਦਾ ਵੀ ਪਹਿਲਾ ਮੈਚ ਮੇਰਾ ਜੀ ਹੂੰ ਪਰ ਉਹ ਮੈਚ ਦੇ ਵਿੱਚ ਮੈਂ ਸਾਰੇ ਟੂਰਨਾਮੈਂਟ ਦਾ ਹੀ ਬੈਸਟ ਨਿਕਲਿਆ ਜੀ ਜੱਫਾ ਨਹੀਂ ਖਾਦਾ ਜੀ ਵਾਹ ਜੀ ਵਾਹ ਕਿੰਨੀਆਂ ਕਵਡੀਆਂ ਪੰਜ ਸੀ ਥੋੜੇ ਯਾਦ ਜੀ ਸਭ ਦੇ ਦੇਖੋ ਇਹ ਤਿੰਨ ਚਾਰ ਮੈਚ ਸੀ ਬਾਜੀ ਤੇ ਉਹਦੇ ਵਿੱਚ ਨੌਨ ਸਟਾਪੇ ਖੇਡੇ ਜੀ 1 ਵਜੇ ਫਾਈਨਲ ਹਾਂ ਜੀ ਤੇ ਪਹਿਲੀ ਵਾਰ ਮੇਰੇ ਕੋਲ ਸਾਹਮਣੇ ਮੌਕਾ ਦਿੱਤਾ ਕਦੇ ਵੀ ਮਿੱਤ ਨੂੰ ਮੌਕਾ ਵੀ ਪਤਰਾ ਹੁਣ ਆਪਣਾ ਕਰਕੇ ਦਿਖਾ ਕੋ ਸਮਝ ਨਾ ਤੇ ਮੈਂ ਕੋਈ ਗੱਲ ਨਹੀਂ ਕੋ ਸਾਬ ਜੋ ਮਹਾਰਾਜ ਕੋ ਸਾਬ ਕਹੇ ਸੀ ਕਿਹੜਾ ਸਰਮਜੀਤ ਪੰਮੀ ਜੀ ਆਪਣੇ ਜੀ ਇਹ 2000 ਭਾਜੀ 2 ਦੀ ਗੱਲ ਹੈ ਜੀ ਨਾ 2001 ਦੀ ਏ ਜੀ ਹਾਂ ਜੀ ਤੇ ਇਸ ਤੋਂ ਇਲਾਵਾ ਕੋਈ ਹੋਰ ਮੈਚ ਬਹੁਤ ਆ ਭਾਜੀ ਬਹੁਤ ਬਾਦੂ ਮੈਚ ਜੀ ਇੱਕ ਮੈਚ ਬਹੁਤ ਇੱਥੇ ਆ ਜੀ ਪਤਾ ਨਹੀਂ ਜੀ ਪਰ ਦੇਖੋ ਜਿਹੜਾ ਹਰੇਕ ਮੈਚ ਬੰਦੇ ਲਈਦਾ ਜੀ ਬੜੇ ਹੁੰਦਾ ਜੀ ਯਾਦਗਾਰੀ ਹੁੰਦਾ ਜੀ ਏ ਕਰਨ ਬਾਜੀ ਤੁਹਾਡੇ ਮਨਪਸੰਦ ਖਿਡਾਰੀ ਕਿਹੜੇ ਸੀ ਰੀਡਰ ਕਿਹੜਾ ਸਤੇ ਯਾਫੀ ਕਿਹੜਾ ਸੀ ਮਨਪਸੰਦ ਖਿਡਾਰੀ ਬਾਜੀ ਮੇਰੇ ਦੇਖੋ ਰੀਡਰਾਂ ਦੇ ਵਿੱਚ ਤਾਂ ਕਾਕਾ ਕਾਰੀ ਸਾਰੀ ਤੇ ਲੱਭੀ ਬੈਨੜਾ ਆਪਣੇ ਜੀ ਜੋ ਕਿ ਸਾਡਾ ਖਾਸ ਮਿੱਤਰ ਵੀ ਹੈ ਪਿਆਰਾ ਇਹ ਮੇਰੇ ਖੜਾਈ ਹੋਏ ਨੇ ਜੀ ਕੀ ਖਾਸੀਅਤ ਹੈ ਤੇ ਦੇਖੀ ਤੁਸੀਂ ਖਾਸੀਅਤ ਬਾਜੀ ਇਹਨਾਂ ਦੀ ਇਹ ਸੀ ਇੱਕ ਤਾਂ ਬਹੁਤ ਹੀ ਮਿਹਨਤੀ ਨੇ ਜੀ ਜੀ ਕਬੱਡੀ ਨੂੰ ਬਹੁਤ ਜਣ ਕੇ ਸੀਰੀਅਸ ਤੌਰ ਤੇ ਲੈਂਦੇ ਨੇ ਮਿਹਨਤ ਕਰਦੇ ਨੇ ਪੂਰੀ ਪ੍ਰੋਪਰ ਡਾਈਟ ਹੂੰ ਹੂੰ ਤੇ ਨਾਲ ਦੇ ਨਾਲ ਹੀ ਇਨਸਾਨ ਵੀ ਬਹੁਤ ਵਧੀਆ ਜੀ ਜੀ ਤੇ ਜਾਫੀ ਕਿਹੜੇ-ਕਿਹੜੇ ਸੀ ਤੁਹਾਡੇ ਮਨਸਾਂ ਜੀ ਉਸ ਟਾਈਮ ਭਾਜੀ ਜੋ ਜਾਫੀ ਦੇਖੋ ਜੀ ਦਿਨਾਲੀ ਆਪਣੇ ਚਮਿਆਰੇ ਵਾਲਾ ਦੁਆਬੇ ਦਾ ਮੁੰਡਾ ਸੀ ਉਸ ਟਾਈਮ ਜੀ ਬਹੁਤ ਹੀ ਜਾਣੀ ਕਿ ਸਰੀਰ ਹਲਕਾ ਜੀ ਪਰ ਕਿਆ ਬਾਤ ਜਾਫੀ ਦੀ ਜੀ ਤੇ ਬਿੱਟੂ ਦਵਾਲ ਜੀ ਆਪਣੇ ਜੀ ਵਧੀਆ ਜਾਣੀ ਕਿ ਜਾਫੇ ਵਿੱਚ ਪੰਜਾਬ ਨੂੰ ਕਹਿ ਸਕਦੇ ਨੇ ਜੀ ਜੀ ਤੁਹਾਡੇ ਮਨ ਨੂੰ ਵਧੀਆ ਲੱਗਦੀ ਸੀ ਹਾਂ ਜੀ ਤੇ ਇਹਨਾਂ ਦੇ ਵਿੱਚ ਤੁਹਾਨੂੰ ਕੀ ਖਾਸੀਅਤ ਲੱਗਦੀ ਸੀ ਖਾਸ ਭਾਜੀ ਇਹਨਾਂ ਦੇ ਜੋ ਲਗਾਈ ਸੀ ਇੱਕ ਦਾ ਹੁੰਦਾ ਇੱਕ ਜਾਫੇ ਕੋਈ ਇੱਕੇ ਦਾ ਹੁੰਦਾ ਜੀ ਭਾਜੀ ਨਾਲ ਕੋਲ ਦਾਏ ਬਹੁਤ ਹੁੰਦੇ ਸੀ ਪਤਾ ਨਹੀਂ ਕਿਹੜੇ ਪਾਸੇ ਪਤਾ ਨਹੀਂ ਹਾਂ ਜੀ ਕਿਹੜੇ ਪਾਸੇ ਕੀ ਕਰ ਜਾਣਾ ਸੀ ਜਿਹੜੀਆਂ ਰੇਡਰ ਦਾ ਬੇਫੂ ਬਣਾ ਦਿੰਦੇ ਸੀ ਬੰਦੇ ਦਾ ਜੀ ਇਹ ਚੰਗੇ ਬਾਰੇ ਰੇਡਰ ਦੀ ਵਾਲੀ ਬੇਫੂ ਬਣਾ ਕੇ ਕਰ ਦਿੰਦੇ ਹੀ ਕੰਮ ਵੀ ਉਹਦਾ ਜੀ ਉੱਜਾ ਕੇ ਜੇ ਉਲਝਾ ਕੇ ਸਾਜੀ ਪਤਾ ਨਹੀਂ ਚੱਲਦਾ ਵੀ ਕੀ ਕਰਨ ਗਏ ਕੀ ਨਹੀਂ ਜੀ ਤੇ ਤੁਸੀਂ ਵੈਸਟ ਕਿੱਥੇ ਕਿਥੇ ਰਹੇ ਹੋ ਜੀ ਵੈਸਟ ਮੈਂ ਕੈਨੇਡਾ ਵਿੱਚ ਰਿਹਾ ਭਾਜੀ ਆਪਣੇ 2008 ਦੇ ਵਿੱਚ ਜੀ ਆਜ਼ਾਦ ਕਲੱਬ ਵਾਲੇ ਟੂਰਨਾਮੈਂਟ ਸੀ ਉਹਦੇ ਵਿੱਚ ਮੈਂ ਤੇ ਕੁਲਜੀਤਾ ਜੀ ਜੋਇੰਟ ਨਿਕਲੇ ਜੀ ਜੀ ਹਾਂ ਜੀ ਤੇ ਬਾਕੀ ਆਨੰਦਪੁਰ ਸਾਹਿਬ ਜੀ ਆਪਣੇ ਜਦੋਂ 2002 ਦੀ ਗੱਲ ਹੈ ਜੀ ਉਹਦੋਂ ਅਸੀਂ ਮੈਂ ਵੈਸਟ ਨਿਕਲੇ ਜੀ ਸਾਰੇ ਟੂਰਨਾਮੈਂਟ ਦੇ ਵਿੱਚ ਕੋਈ ਜੱਫਾ ਨਹੀਂ ਸੀ ਮੈਨੂੰ ਜੀ ਹੌਲੇ ਮਹਲੇ ਜਿਹੜਾ ਕੱਪ ਹੁੰਦਾ ਸੀ ਹਾਂ ਜੇ ਉਹ ਦੋ ਜਾਨੀ ਚਾਰ ਕੇ ਟੀਮਾਂ ਹੀ ਹੁੰਦੇ ਸੀ ਤੇ ਹੁਣ ਤਾਂ ਚਲੋ ਜ਼ਿਲ੍ਹਾ ਜਿਵੇਂ ਜ਼ਿਲ੍ਹਾ ਦੇ ਮੈਚ ਹੁੰਦੇ ਨੇ ਉਦੋਂ ਸਟਾਰਟਿੰਗ ਦੇ ਵਿੱਚ ਟੂਰਨਾਮੈਂਟ ਹੁੰਦਾ ਜਿੱਥੇ ਰੈਸਲਿੰਗ ਤੇ ਤੇ ਚਾਰ ਕੇ ਟੀਮਾਂ ਹੁੰਦੇ ਜਿੱਥੇ ਮੇਨ ਜੀ ਤੇ ਕਿਹਦੇ ਨਾਲ ਸੀ ਮੈਚ ਥੋੜਾ ਜੀ ਸਾਡਾ ਡੀਏਵੀ ਕਾਲ ਜਲੰਧਰ ਦੇ ਨਾਮ ਬਠਿੰਡੇ ਦਾ ਹੁੰਦਾ ਸੀ ਬਿੱਟੂਆਂ ਨਾਲੇ ਇਹਨਾਂ ਦਾ ਸੈਕਟਰ ਜੱਫ ਲੈਣ ਬਹੁਤ ਹੀ ਵਧੀਆ ਹੁੰਦੀ ਸੀ ਕਿੰਨੀਆਂ ਗ੍ਰੇਡਾਂ ਮਿਲਦੀਆਂ ਸੀ हां जी ਡੇਟਾ ਦਾ ਭਾਜੀ ਪੂਰਾ ਹੀ ਪਾਣੇ ਪੈਂਦੇ ਸੀ ਮੈਚ ਦੇ ਨਹੀਂ ਪਰ ਤੁਹਾਡੇ ਯਾਦ ਨਹੀਂ ਵੀ ਕਿੰਨੀਆਂ ਪਾਣੇ ਸੀ ਦੇ 20 5 20 ਮੈਚ ਵਿੱਚ ਜਿੰਨੇ ਡੇਟਾ ਪੈਂਦੇ ਸੀ ਉਹ ਨਹੀਂ ਪਾਣਦੇ ਹਾਂਜੀ ਪਰ ਹੁਣ ਵਾਂਗੂ ਜਿਵੇਂ ਹੁਣ ਇਕੱਲਾ ਇਕੱਲਾ ਰਿਕਾਰਡ ਰੱਖਦੇ ਨੇ ਹਾਂਜੀ ਉਦੋਂ ਤਾਂ ਰਿਕਾਰਡ ਹੀ ਸੀ ਹਾਂਜੀ ਨਹੀਂ ਪੂਰਾ ਮੈਚ ਪੂਰਾ ਖੇਡਣਾ ਪੈਂਦਾ ਸੀ ਹੂੰ ਉਦੋਂ ਹੁਣ ਤਾਂ ਦੇਖੋ ਚਾ ਚਾ ਡੇਟਾ ਉਦੋਂ ਤਾਂ ਕਈ ਵਾਰ ਦੋ ਜਾਣੇ ਦੇ ਵੀ ਡੇਟਾ ਪਾਣੇ ਪੈਂਦੇ ਜਦ ਮੈਚ ਜਿੱਤਣਾ ਜੀ ਆਪਾਂ ਨੇ ਬਿਲਕੁਲ ਜੇ ਕੋਈ ਲੱਗਦਾ ਜੇ ਕੋਈ ਵਾਹ ਜੀ ਬੰਦਾ ਡਾਉਂ ਚਾ ਰਿਹਾ ਇੱਕ ਦੋ ਜੱਫੇ ਲੱਗ ਉਹਨੂੰ ਖੜਾ ਵੀ ਕਰ ਦਿੰਦੇ ਜੀ ਕਉਂਗੇ ਤੋਂ ਦੇ ਵਧੀਆ ਲੈਵਲ ਦੇ ਟੂਰਨਾਮੈਂਟ ਹੁੰਦੇ ਸੀ ਇਹ ਹੂੰ ਉਹ ਟਾਈਮਾਂ ਤੇ ਹਾਂਜੀ ਬਿਲਕੁਲ ਜੀ ਤੇ ਭਾਜੀ ਤੁਹਾਡੀ ਰੇਟ ਤੇ ਵੀ ਕਿਤੇ ਪੈਸੇ ਲੱਗੇ ਨੇ ਜੀ ਹਾਂਜੀ ਕੋੜ ਗੰਗੂ ਰਈ ਧਰਤੀ ਜੇ ਆਪਣੇ ਸਾਡੇ ਲਵੇਂ ਖਮਾਣੋਂ ਦੇ ਹੂੰ ਬੋਹ ਦੇ ਟੂਰਨਾਮੈਂਟ ਹੁੰਦਾ ਉੱਥੇ ਜੀ ਜੀ ਤੇ ਉੱਥੇ ਮੇਰੇ ਬੋਹ ਪੈ ਲੱਗੇ ਜੀ ਕਿਹੜੇ ਸੰਦੀ ਗੱਲ ਹੈ ਬਹੁਤ ਟਾਈਮ ਜੀ ਇਹ ਗੱਲ ਜੀ 2006 ਦੀ ਗੱਲ ਹੋ ਜੀ ਅੱਛਾ ਹਾਂਜੀ ਕਿੰਨੇ ਪੈਸੇ ਲੱਗੇ ਤੁਹਾਡੀ ਰੇਟ ਤੇ ਉਸ ਟਾਈਮ ਜੀ ਲੱਗੇ ਮੇਰੇ 12000 ਰੁਪਏ ਜੀ ਇੱਕ ਰੇਟ ਤੇ ਉਹ ਟਾਈਮ ਆ ਜਾਂਦੀ ਜੀ ਇੱਕ ਰੇਟ ਤੇ ਕਿੰਨੀ ਨਹੀਂ ਸਾਰੇ ਮੈਚ ਜੀ ਵੀ ਜੱਫਾ ਲੱਗੂ ਜਿਹੜਾ ਫੜੂ ਇਹਨੂੰ ਜੀ ਜੀ ਪਰ ਨੋ ਸਟਾਪੇ ਖੇਡੇ ਬਾਈ ਨੋ ਸਟਾਪ ਹਾਂ ਜੀ ਕਿਹੜੀ ਟੀਮ ਨਾਲ ਖੜੀ ਸੀ ਤੁਸੀਂ ਅਸੀਂ ਜਦੋਂ ਮਾਨੂਪੁਰ ਟੀਮ ਬਦੂ ਜੀ ਆਪਣੇ ਜੀ ਆ ਲੋਪਾਂ ਦੇ ਮੈਚ ਸੀ ਉੱਥੇ ਜੀ ਕਲੱਬਾਂ ਦੇ ਹੂੰ ਤੇ ਫਾਈਨ ਮੈਚ ਸਾਡਾ ਆਪਣੇ ਪੱਪੂ ਚੂੜ ਚੱਕ ਰੱਬੋ ਹੁਣਾਂ ਵਰਗਾ ਦਾ ਸਾਡਾ ਮੈਚ ਸੀ ਵਧੀਆ ਟੀਮ ਸੀ ਉਹਨਾਂ ਦਾ ਜੀ ਹੂੰ ਤੇ ਬਾਬੇ ਮੈਨਾਂ ਜੱਫਾ ਹੀ ਦਿਖਾਦਾ ਜੀ ਜੀ ਤੇ 12000 ਤੋਂ ਬਾਅਦ 15000 ਵੀ ਹੋ ਗਈ ਇਹਦਾ ਜੀ ਉਹ ਟਾਈਮਾਂ ਦੇ ਵਿੱਚ ਬਹੁਤ ਹੁੰਦਾ ਸੀ ਹਾਂਜੀ ਹਾਂਜੀ ਵਾਧਾ ਗਿਆ ਜੀ ਉਹ ਮੇਰਾ ਵਾਧਾ ਗਿਆ ਹਾਂਜੀ ਜੀ ਤੇ ਬਾਜੀ ਤੁਹਾਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਹਿਯੋਗ ਕਿਨਾ ਕਿਨਾ ਦਾ ਰਿਹਾ ਜੀ ਜਿਹੜੇ ਤੁਹਾਡੇ ਪਿੱਛੇ ਖੜੇ ਰਹਿੰਦੇ ਵੀ ਤੇ ਟੈਨਸ਼ਨ ਨਾਲ ਹੀ ਕਰਨਾ ਲੰਬੀ ਜਾਲ ਕੰਮ ਦੀ ਠੀਕ ਇਹ ਦੇਖੋ ਜੀ ਸਭ ਤੋਂ ਵੱਡਾ ਸਹਿਯੋਗ ਦਾ ਮਾਤਾ ਪਿਤਾ ਦਾ ਜੀ ਤੇ ਕੋਚਾ ਦਾ ਜੀ ਤੇ ਜੋ ਮੇਰੀ ਵਾਈਫ ਨੇ ਪ੍ਰੀਤ ਕੌਰ ਜੀ ਉਹਨਾਂ ਦਾ ਜੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹਾਂਜੀ ਪੂਰਾ ਸਹਿਯੋਗ ਉਹਨਾਂ ਨੇ ਦਿੱਤਾ ਜੀ ਤੇ ਤੁਹਾਡੇ ਭਾਜੀ ਮਾਨ ਸਨਮਾਨ ਕਿੰਨੇ ਕੋਏ ਹੁਣ ਤੱਕ ਦੇਖੋ ਮਾਨ ਸਨਮਾਨ ਦਾ ਭਾਜੀ ਆਪਣੇ ਲੋਕਾਂ ਦਾ ਜੋ ਪਿਆਰ ਕਰਦੇ ਨੇ ਸਾਨੂੰ ਜੀ ਉਹ ਹੀ ਸਭ ਤੋਂ ਵੱਡਾ ਸਨਮਾਨ ਆ ਜੀ ਬਿਲਕੁਲ ਜੀ ਉਹਨਾਂ ਦੇ ਨਾਲੇ ਜੀ ਬਾਕੀ ਹੋਰ ਜੋ ਸਾਨੂੰ ਕਲੱਬਾਂ ਦੇ ਵਿੱਚ ਬੁਲਾਉਂਦੇ ਟੂਰਨਾਮੈਂਟ ਤੇ ਸਨਮਾਨ ਕਰਦੇ ਨੇ ਜੀ ਉਹ ਤਾਂ ਬਹੁਤ ਹੋ ਜ਼ਿਆਦਾ ਇਹਨੇ ਕਿੰਨੇ ਵੀ ਗਿਣੀ ਜੀ ਬਿਲਕੁਲ ਐ ਸੋ ਇਸ ਤਰ੍ਹਾਂ ਕਰਨ ਭਾਜੀ ਤੁਸੀਂ 18-20 ਸਾਲ ਦਾ ਅਰਸਾ ਤੁਹਾਡਾ ਕਮੇਟੀ ਦਾ ਬਣਦਾ ਹੈ ਹਾਂਜੀ ਭਾਜੀ ਠੀਕ ਹੈ ਨਾ ਤੇ ਇਹਦੇ ਵਾਸਤੇ ਤੁਸੀਂ ਮਿਹਨਤ ਕਿੰਨਾ ਟਾਈਮ ਕਰਦੀ ਸੀ ਸਵੇਰੇ ਸ਼ਾਮ ਦੇਖੋ ਧਰਮਾ ਭਾਜੀ ਵੀ ਮਿਹਨਤ ਦਾ ਬਹੁਤ ਜ਼ਰੂਰੀਆ ਜੀ ਪ੍ਰੇਅਰ ਵਾਸਤੇ ਜੇ ਤੁਸੀਂ ਮੰਜ਼ਿਲ ਕੋਈ ਹਾਸਲ ਕਰਨੀ ਹੈ ਮੁਕਾਮ ਹਾਸਲ ਕਰਨਾ ਤਾਂ ਉਹਦੇ ਲਈ ਮਿਹਨਤ ਦਾ ਬਹੁਤ ਹੈ ਹਾਂਜੀ ਮੈਂ 5 ਵਜੇ ਉੱਠ ਖੜਦਾ ਜੀ ਮੈਂ ਸਵੇਰੇ 5 ਤੋਂ ਬਾਅਦ ਮੈਂ 6-8 ਵਜੇ ਤੱਕ ਸਾਡੀ ਮਿਹਨਤ ਚਾਲੀ ਜੀ ਤੇ 8 ਵਜੇ ਤੱਕ ਹਨ ਪ੍ਰੋਪਰ ਜੀ ਪੂਰੀ ਮੈਥੇ ਪੂਰੀ ਜਾਨੀ ਕਿ ਸਟ੍ਰੌਂਗ ਮੈਥ ਹੁੰਦੀ ਸਾਡੀ ਜੀ ਹਮ ਰੇਸ ਕਿ ਨਿਕਲਾਉਂਦੇ ਸੀ ਰੇਸ ਬਾਜੀ ਅਸੀਂ ਲਾ ਲੇਦੇ ਪੰਜ ਕਿਲੋਮੀਟਰ ਦੀ ਰਨਿੰਗ ਕਰਦੇ ਸੀ ਤੇ ਉਸ ਤੋਂ ਬਾਅਦ ਸਪ੍ਰਿੰਟਾਂ ਡੰਡ ਵਗੈਰਾ ਜੋ ਵੀ ਕਬੱਡੀ ਦੇ ਫੰਡਾਮੈਂਟਲ ਨੇ ਸਭ ਕਰਨੇ ਪੈਂਦੇ ਜੀ ਜੀ ਤੇ ਡਾਈਟ ਵਗੈਰਾ ਡੈਡ ਬਾਜੀ ਆਪਣੇ ਦੇਸੀ ਖਾਂਦੇ ਸੀ ਅਸੀਂ ਦਾ ਜੀ ਬੱਦ ਜੀ ਜਿਵੇਂ ਛੋਲੇ ਦੀ ਭਜੋਲੇ ਰੱਖ ਲੈਂਦੇ ਜੀ ਰਾਤ ਨੂੰ ਜੀ ਸਭ ਤੋਂ ਵਧੀਆ ਖਰਾਕ ਹੈ ਜੋ ਸਸਤੀ ਲੇਨ ਨਾਲ ਸਸਤੀ ਹੈ ਹਰੇਕ ਦੇ ਬੰਦਾ ਖਾ ਸਕਦਾ ਜੀ ਬਿਲਕੁਲ ਰਾਜ ਛੋਲੇ ਦੇ ਭਜੋਲੇ ਛੋਲੇ ਹੋਗੇ ਜੀ ਫਿਰ ਉਸ ਤੋਂ ਬਾਅਦ ਦੁੱਧ ਹੀ ਆਪਣਾ ਦੁੱਧ ਦਹੀਂ ਲੱਸੀ ਜੀ ਇਹ ਚੱਲਿਆ ਜੀ ਆਪਣੀ ਜੀ ਤੇ ਬਦਾਮ ਰਗੜਾ ਪੁੰਦਾ ਭਾਜੀ ਕਿ ਰਗੜਾ ਲਾਈਦਾ ਜੀ ਬਦਾਮਾ ਦਾ ਜੀ ਉਹ ਤਾਂ ਜ਼ਰੂਰੀ ਇੱਕ ਬਹੁਤ ਉਸ ਟਾਈਮ ਨਾਲ ਲਈ ਤੇ ਬਾਕੀ ਆਂਡਾ ਮੀਟ ਵੀ ਭਾਜ ਲਿਓ ਪਨੀਰ ਹੋਇਆ ਖੁਰਾਕ ਦੇ ਵਿੱਚ ਚਾੜ੍ਹਦਾ ਸਟੈਂਡ ਹੈ ਜੀ ਤੇ ਹੁਣ ਕਿੰਨਾ ਟਾਈਮ ਲਾਉਣੀ ਹੈ ਮਿਹਨਤ ਦੇ ਉਸੀ ਹੌਲੀ ਭਾਜ ਦੇਖੋ ਹੀ 2 ਘੰਟੇ ਸਾਨੂੰ ਸਵੇਰੇ ਨਾਲੇ ਪੈਂਦੇ ਜੀ ਤੇ 2 ਘੰਟੇ ਹੀ ਸ਼ਾਮ ਨੂੰ ਵੀ ਕਰਨੇ ਪੈਂਦੇ ਮੈਂ ਤੇ ਜੇ ਖੇ ਖਾਣਾ ਖੇਡਣਾ ਤੁਸੀਂ ਜੀ ਨਹੀਂ ਬਿਲਕੁਲ ਜੀ ਉਹ ਤਾਂ ਮਿਹਨਤ ਤੋਂ ਬਿਨਾਂ ਤਾਂ ਮੈਂ ਤੇ ਬਗੈਰ ਕੋਈ ਪਹਿਲੀ ਗੱਲ ਮਿਹਨਤ ਹੈ ਜੀ ਉਸ ਤੋਂ ਬਾਅਦ ਡਾਈਟ ਆ ਜਾਂਦੀ ਆ ਉਸ ਤੋਂ ਬਾਅਦ ਵਧੀਆ ਤੁਹਾਨੂੰ ਕੋਈ ਕੋਚ ਵਗੈਰਾ ਜੀ ਬਿਲਕੁਲ ਉਸਤਾਦ ਲੋਕਾਂ ਦੀ ਮਿਹਰ ਚਾਹੀਦੀ ਹੈ ਜੀ ਹਾਂਜੀ ਬਿਲਕੁਲ ਜੀ ਹਾਂਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਅੱਜਕੱਲ ਤੁਸੀਂ ਪਰਿਵਾਰ ਦੇ ਵਿੱਚ ਜੀ ਮੇਰੇ ਮੰਮੀ ਡੈਡੀ ਜੀ ਹਮ ਮੇਰੇ ਵੱਡੇ ਬ੍ਰਦਰ ਜੀ ਤੇ ਮੇਰੇ ਸਿਸਟਰ ਨੇ ਹਮ ਤੇ ਮੇਰੀ ਵਾਈਫ ਪ੍ਰੀਤਕੌਰ ਤੇ ਮੇਰੇ ਦੋ ਬੱਚੀਆ ਨੇ ਜੀ ਜੁਵਲীন ਕੌਰ ਤੇ ਚਹਿਕਲীন ਕੌਰ ਹਾਂ ਜੀ ਇਹ ਪਰਿਵਾਰਾ ਤੁਹਾਡੇ ਨਾਲ ਹਾਂਜੀ ਇਹ ਸਾਡਾ ਪਰਿਵਾਰ ਜੀ ਅ ਭਾਜੀ ਤੁਸੀਂ ਪੜ੍ਹਾਈ ਕਿੱਥੋਂ ਤੱਕ ਕੀਤੀ ਹੈ ਜੀ ਭਾਜੀ ਮੈਂ ਪਲੱਸ 2 ਪਾਸ ਹੈ ਜੀ ਪੜ੍ਹ ਤੋਂ ਬਾਅਦ ਬਾਅਦ ਫਿਰ ਕਬੱਡੀ ਵਿੱਚ ਹੀ ਪੈ ਗਏ ਜੀ ਕਿ ਪੜ੍ਹਨ ਵਾਲੇ ਬਸ ਨਹੀਂ ਪੜ੍ਹਨ ਦੇ ਬਸ ਬਾਪਾ ਜੀ ਫਿਰ ਕਬੱਡੀ ਵਿੱਚ ਪੜ੍ਹਾਈ ਕਰੀਆ ਫਿਰ ਤੇ ਕਬੱਡੀ ਦੀ ਜੀ ਕਬੱਡੀ ਦੀ ਪੜ੍ਹਾਈ ਹਾਂ ਜੀ ਜੀ ਤੇ ਅੱਜ ਕੱਲ ਕੀ ਕਰਦੇ ਆਂਗੇ ਅੱਜ ਕੱਲ ਪਾ ਜੀ ਤਿਆਰੀ ਕਰ ਰਹੇ ਫਿਰ ਜੀ ਕਬੱਡੀ ਦੀ ਹਾਂ ਜੀ ਸੇ ਕਬੱਡੀ ਦੀ ਤਿਆਰੀ ਕਰ ਰਹੇ ਆ ਜੀ ਬਾਪਾ ਜੀ ਕਬੱਡੀ ਨੂੰ ਪਿਆਰ ਇੰਨਾ ਸਾਨੂੰ ਜੀ ਜੀ ਮੈਂ ਕਬੱਡੀ ਸਾਡੇ ਨਾਲ ਜਿੰਨਾ ਜਿੰਨੇ ਨਾਂ ਦਿੱਤਾ ਸਾਨੂੰ ਜੀ ਬਿਲਕੁਲ ਜੀ ਇੰਨਾ ਨਾਂ ਕਰਿਆ ਰੋਸਨ ਸਾਡਾ ਜੀ ਬਿਲਕੁਲ ਜੀ ਬਿਲਕੁਲ ਜਿੰਨਾ ਹਾਂ ਜੀ ਹਾਂਜੀ ਸੋ ਜਿਸ ਤਰ੍ਹਾਂ ਕਰਨਪਾ ਜੀ ਗਰਾਊਂਡਾਂ ਦੇ ਵਿੱਚ ਕੋਈ ਕਰਨ ਖਮਾਣੋ ਵਾਲਾ ਕਹਿੰਦਾ ਤੇ ਕਈ ਵਾਰੀ ਗੱਲ ਚੱਲਦੀ ਹੁੰਦੀ ਹੈ ਕਿ ਆ ਗਿਆ ਡੰਕਾ ਖਮਾਣੋ ਵਾਲਾ ਹਾਂਜੀ ਹਾਂਜੀ ਤੇ ਤੁਹਾਨੂੰ ਡੰਕਾ ਕਿਉਂ ਕਹਿੰਦੇ ਨੇ ਤੇ ਨੋਂ ਤੁਹਾਡਾ ਜਿਹੜਾ ਕਿੱਥੋਂ ਪਿਆ ਹਾਂਜੀ ਕਰਨ ਸਿੰਘ ਜਿਵੇਂ ਮੇਰਾ ਪੱਕਾ ਇਨਾਇ ਜੀ ਕਰਨ ਸਿੰਘ ਤੇ ਡਾਂਕਾ ਜੋ ਮੇਰਾ ਪਿਆਰ ਦਾ ਬਚਪਨ ਦਾ ਨਾਂ ਹੀ ਡਾਂਕਾ ਜੀ ਜੀ ਤੇ ਤਾਂ ਕਰਕੇ ਡਾਂਕਾ ਜਿਵੇਂ ਮਾਲਵੇ ਦੇ ਵਿੱਚ ਮੈਨੂੰ ਡਾਂਕੇ ਦੇ ਨਾਂ ਨਾਲ ਪਛਾਣਦੇ ਨੇ ਦੁਆਬੇ ਦੇ ਵਿੱਚ ਕਰਨ ਦੇ ਨਾਂ ਤੇ ਜੀ ਹਾਂਜੀ ਤੁਹਾਨੂੰ ਪਛਾਣ ਮਿਲੀ ਹੋ ਜਿਹੜੀ ਆਖਰੀ ਜੀ ਕਰਨ ਬਾਜੀ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਬਹੁਤ ਵਧੀਆ ਆਪਣੇ ਜ਼ਿੰਦਗੀ ਦੀਆਂ ਜਿਹੜੀਆਂ ਕਬੱਡੀ ਦੇ ਨਾਲ ਜੁੜੀਆਂ ਨੇ ਯਾਦਾਂ ਨੇ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਤੁਸੀਂ ਹੁਣ ਸਾਡੇ ਜਿਹੜੇ ਹੁਣ ਨਵੇਂ ਮੁੰਡੇ ਮਿਹਨਤ ਕਰਦੇ ਨੇ ਕਬੱਡੀ ਵਾਲੇ ਪਾਸੇ ਆ ਰਹੇ ਨੇ ਤੇ ਉਹਨਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਭਾਈ ਇਹ ਹੀ ਆ ਵੀ ਵਧੀਆ ਮਿਹਨਤ ਕਰੋ ਜੀ ਆਪਣੀ ਹਾਰਡ ਮਿਹਨਤ ਜੀ ਤੇ ਡਾਈਟ ਵਧੀਆ ਤੇ ਇੱਕ ਸਟਾਰ ਛੇਤੀ ਸਟਾਰ ਬਣਨ ਦੇ ਲਈ ਕੋਈ ਗਲਤ ਚੀਜ਼ਾਂ ਦਾ ਇਸਤੇਮਾਲ ਨਾ ਕਰੋ ਬਿਲਕੁਲ ਜੀ ਦੇਸੀ ਖਾਣੇ ਬਸ ਦੇਸੀ ਆਪਣੀ ਡਾਈਟ ਖਾਓ ਕੁਝ ਟਾਈਮ ਲੱਗਦਾ ਪਲੇਅਰ ਬਣਨ ਨੂੰ ਜੀ ਵੀ ਐ ਤਾਂ ਹੈ ਨਹੀਂ ਵੀ ਤੁਸੀਂ ਵੀ ਕਰਕੇ ਇੱਕ ਵਕ ਪਲੇਅਰ ਬਣ ਜਾਓਗੇ ਇਹ ਵੀ ਤਪੱਸਿਆ ਇੱਕ ਤਪੱਸਿਆ ਇੱਕ ਜੀ ਤਪੱਸਿਆ ਕਰਨੀ ਪੈਂਦੀ ਆ ਤੇ ਉਹਦਾ ਫਲਦਾਂ ਨੂੰ ਥੋੜਾ ਮਿਲਦਾ ਲੇਟ ਜ਼ਰੂਰ ਆ ਪਰ ਮਿਲਦਾ ਜ਼ਰੂਰ ਹੈ ਬਿਲਕੁਲ ਜੀ ਵਧੀਆ ਮਿਲਦਾ ਤੇ ਜ਼ਰੂਰ ਹੈ ਜੀ ਇੱਕ ਵਧੀਆ ਖਿਡਾਰੀ ਹੋਣ ਦੇ ਨਾਲ ਇੱਕ ਵਧੀਆ ਇਨਸਾਨ ਹੋਣਾ ਵੀ ਬਹੁਤ ਜ਼ਰੂਰੀ ਹੈ ਭਾਜੀ ਜੀ ਬਿਲਕੁਲ ਜੀ ਤੇ ਵੱਡੇ ਦਾ ਸਤਿਕਾਰ ਕਰੋ ਜੀ ਤੇ ਇਸ ਤੋਂ ਇਲਾਵਾ ਭਾਜੀ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਹੀ ਸੁਨੇਹਾ ਦਿਆਂ ਚਾਹੁੰਦਾ ਹਾਂ ਕਿ ਵੀ ਜੋ ਨਵੇਂ ਪਲੇਅਰ ਉੱਠ ਰਹੇ ਨੇ ਮੈਂਤ ਕਰੋ ਵਧੀਆ ਵਧੀਆ ਡੈਡ ਖਾਓ ਆਪਣੀ ਆਪਣੇ ਮਾਪੇ ਦਾ ਨਾਰੋਸਾ ਕਰੋ ਆਪਣੇ ਇਲਾਕੇ ਦਾ ਨਾਰੋਸਾ ਕਰੋ ਜੀ ਸੋ ਕਰਨਪਾ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੱਲੋਂ ਤੁਸੀਂ ਸਾਡੇ ਜੋਗਾ ਸਮਾਂ ਕੱਢਿਆ ਸੋ ਦੋਸਤੋ ਜਿਸ ਤਰ੍ਹਾਂ ਅੱਜ ਆਪਾਂ ਨੇ ਕਰਨ ਖਮਾਨੋ ਜੀ ਦੇ ਨਾਲ ਗੱਲਬਾਤ ਕੀਤੀ ਹੈ ਸੋ ਅਗਲੀ ਵਾਰੀ ਤੁਹਾਨੂੰ ਅਸੀਂ ਕਿਸੇ ਹੋਰ ਸਟਾਰ ਦੇ ਨਾਲ ਗੱਲਬਾਤ ਕਰਵਾਵਾਂਗੇ ਮੁਲਾਕਾਤ ਕਰਵਾਵਾਂਗੇ ਉਦੋਂ ਤੱਕ ਮੈਨੂੰ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ